ਪਹਿਲਾਂ ਜੈ ਭੀਮ ਜੈ ਭਾਰਤ। ਦੋਸਤੋ ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ। ਆਪਾਂ ਪਹੁੰਚੇ ਹਾਂ ਲੋਹੀਆਂ ਟੀ ਪੁਆਇੰਟ ਦੇ ਉੱਤੇ, ਜਿੱਥੇ ਕਿ ਕਿਸਾਨ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵੱਲੋਂ ਜਿਹੜਾ ਰੋਡ ਜਾਮ ਕੀਤਾ ਗਿਆ ਸੀ, ਜਿਵੇਂ ਕਿ ਅੱਜ ਭਾਰਤ ਬੰਦ ਦੀ ਕਾਲ ਸੀਗੀ ਅਤੇ ਉਹਨਾਂ ਨੇ ਇੱਥੇ ਹੁਣੇ ਹੁਣੇ ਧਰਨਾ ਜਿਹੜੇ ਲਗਾ ਕੇ ਹੁਣੇ ਹੀ ਉੱਠੇ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਾਡੇ ਨਾਲ ਦਲਬੀਰ ਸਿੰਘ ਕੰਗ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਅੱਜ ਉਹਨਾਂ ਨੇ ਰੋਡ ਜਾਮ ਕੀਤਾ ਸੀਗਾ, ਕਿਵੇਂ ਰਿਹਾ। ਹਾਂਜੀ ਸਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੈ ਭੀਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੈ ਭੀਮ ਦਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਸਰ, ਜਿਹੜਾ ਤੁਸੀਂ ਅੱਜ ਜਿਹੜਾ ਭਾਰਤ ਬੰਦ ਦੀ ਕਾਲ ਸੀਗੀ ਅਤੇ ਕਿਵੇਂ, ਮਤਲਬ ਕਿੰਨਾ ਕੁ ਇੱਥੇ ਕਿੰਨੇ ਕਿੰਨਾ ਜਥੇਬੰਦੀਆਂ ਪਹੁੰਚੀਆਂ ਵਾ, ਕਿਵੇਂ ਮਤਲਬ ਤੁਹਾਡਾ ਕਿੰਨਾ ਕੁ ਸਫਲ ਰਿਹਾ ਹੈ? ਕਾਲ ਜਥੇਬੰਦੀਆਂ ਦੀ ਸਾਨੂੰ ਦਿੱਲੀਓਂ ਕਾਲ ਆਈ ਸੀਗੀ ਵੀ 6 ਤਰੀਕ ਨੂੰ 12 ਤੋਂ 3 ਵਜੇ 'ਤੇ ਤੁਸੀਂ ਆਪਣੇ ਆਪਣੇ ਸ਼ਹਿਰਾਂ 'ਚ ਧਰਨੇ ਦੇਣੇ ਆ ਅਤੇ ਅਸੀਂ ਉਹ ਕਿਸਾਨ ਜਥੇਬੰਦੀਆਂ ਦੇ ਕਹਿਣ 'ਤੇ 12 ਤੋਂ 3 ਵਜੇ 'ਤੇ ਅਤੇ ਭਾਰੀ ਇਕੱਠ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਧਰਨਾ ਦੇ ਕੇ ਅਤੇ 3 ਵਜੇ ਅਸੀਂ ਹੁਣ ਸਮਾਪਤੀ ਕੀਤੀ ਹੈ। ਕਿੰਨਾ ਕੁ ਲੋਕਾਂ ਦਾ ਸਾਥ ਮਿਲਿਆ ਵਾ, ਲੋਕਲ ਮਤਲਬ ਲੋਹੀਆਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਜਾਂ ਮਜ਼ਦੂਰਾਂ ਦੀ? ਬਹੁਤ ਸਾਥ ਮਿਲਿਆ ਜੀ, ਸਾਰੇ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰ ਵਰਗ ਸਾਰਾ ਹੀ ਸਾਡੇ ਨਾਲ ਸੀ ਇੱਥੇ ਅੱਜ। ਠੀਕ ਹੈ ਜੀ। ਜਿਹੜੇ 26 ਜਨਵਰੀ ਨੂੰ ਜਿਹੜਾ ਜੋ ਦਿੱਲੀ ਦੇ ਵਿੱਚ ਹੋਇਆ, 26 ਤੋਂ 28 ਦੇ ਵਿੱਚ ਹੋਇਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? 26 ਤੋਂ 28 ਬਾਅਦ ਬਹੁਤ ਮੰਦਭਾਗਾ ਹੋਇਆ ਜਿਹੜਾ ਹੋਇਆ, ਜੋ ਵੀ ਉੱਥੇ 26 ਤਰੀਕ ਨੂੰ ਹੋਇਆ, ਚਲੋ ਅਸੀਂ ਉਹਨੂੰ ਵੀ ਮਾੜਾ ਕਹਿੰਦੇ, ਨਿੰਦਿਆ ਹੀ ਕਰਦੇ ਹਾਂ। ਅਤੇ ਜਿਹੜਾ 29 ਤਰੀਕ ਨੂੰ ਮੋਦੀ ਨੇ ਉੱਥੇ ਕੀਤਾ ਵਾ, ਗੁੰਡੇ ਸੱਦ ਕੇ ਕਿਸਾਨ ਜਥੇਬੰਦੀਆਂ ਦੇ ਹੌਲਾ ਕੀਤਾ ਜਾਂ ਅਥਰੂ ਗੈਸ ਦੇ ਗੋਲੇ ਛੱਡੇ ਆ, ਉਹਦੀ ਵੀ ਸਖ਼ਤ ਸਖ਼ਤ ਨਿਖੇਧੀ ਕਰਦੇ ਹਾਂ। ਅਤੇ ਜਦੋਂ ਸਾਨੂੰ ਪਤਾ ਲੱਗਾ ਵੀ ਉੱਥੇ ਵੀ 29 ਤਰੀਕ ਨੂੰ ਸਾਨੂੰ ਕਾਲ ਆਈ ਵੀ ਆਹ ਪ੍ਰੋਬਲਮ ਹੋ ਗਈ, ਅਸੀਂ 29 ਤੋਂ ਪਹਿਲਾਂ ਆ ਗਏ ਸੀ ਇੱਥੇ 26 ਤੋਂ ਬਾਅਦ, ਫਿਰ ਅਸੀਂ ਰਾਤ ਨੂੰ ਜਦੋਂ 30 ਸ਼ਾਮਾਂ ਨੂੰ ਅਸੀਂ ਫਿਰ ਜਥੇਬੰਦੀਆਂ ਨਾਲ ਕੰਟੈਕਟ ਕੀਤਾ ਫੋਨਾਂ 'ਤੇ ਵੀ ਭਾਈ ਆਹ ਪ੍ਰੋਬਲਮ ਆ ਗਈ ਆ ਅਤੇ ਉੱਥੇ ਆਪਾਂ ਦਿੱਲੀ ਪਹੁੰਚਣਾ। ਅਸੀਂ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਨੇ ਚਾਹ ਨਹੀਂ, ਕੋਈ ਸੁੱਤਾ ਨਹੀਂ, ਸਵੇਰ ਨੂੰ ਅਸੀਂ 30 ਤਰੀਕ ਨੂੰ ਉੱਠੇ ਹਾਂ, ਟਰੈਕਟਰ ਟਰਾਲੀਆਂ ਆਪਣੀਆਂ ਗੱਡੀਆਂ ਲੈ ਕੇ ਅਤੇ ਅਸੀਂ ਦਿੱਲੀ ਪਹੁੰਚੇ ਹਾਂ, ਅਸੀਂ ਦਿੱਲੀਓਂ ਕੱਲ੍ਹ ਸ਼ਾਮੀ ਮੁੜੇ ਹਾਂ। ਠੀਕ ਹੈ ਜੀ। ਹਾਂਜੀ, ਦੀਪ ਸਿੱਧੂ ਅਤੇ ਆਪਾਂ ਲੱਖੇ ਸਧਾਣੇ ਦੀ ਗੱਲ ਕਰੀਏ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ, ਕਿਉਂਕਿ ਸਟੇਜਾਂ 'ਤੇ ਉਹਨਾਂ ਨੂੰ ਗਦਾਰ ਜਿਹੜਾ ਘੋਸ਼ਿਤ ਕਰ ਦਿੱਤਾ ਗਿਆ ਵਾ, ਉਹਨਾਂ ਬਾਰੇ ਤੁਹਾਡੀ ਕੀ ਰਾਏ ਆ? ਨਹੀਂ, ਉਹ ਤਾਂ ਗਲਤ ਗੱਲ ਆ ਜੀ, ਅਸੀਂ ਐਵੇਂ ਕਿਸੇ ਨੂੰ ਗਦਾਰ ਕਹਿਣਾ ਯਕਦਮ ਕੋਈ ਬਗੈਰ ਸੁਣੀ ਸੁਣਾਈ ਗੱਲ 'ਤੇ ਕਿਸੇ ਨੂੰ ਗਦਾਰ ਕਹਿਣਾ, ਅਸੀਂ ਉਹਨੂੰ ਵੀ ਗਲਤ ਕਹਿੰਦੇ ਹਾਂ, ਚੰਗਾ ਨਹੀਂ ਕਹਿੰਦੇ। ਪਰ ਜੇ ਦੀਪ ਸਿੱਧੂ ਨੇ ਉੱਥੇ ਝੰਡਾ ਚਾੜ ਦਿੱਤਾ ਸੀਗਾ ਕੇਸਰੀ, ਪਹਿਲਾਂ ਵੀ ਜਦੋਂ ਉੱਥੇ 26 ਜਨਵਰੀ 'ਤੇ ਤਿਰੰਗਾ ਚੜ੍ਹਦਾ ਉਹਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਉਂਦੇ ਆ, ਅਤੇ ਜੇ ਉਹ ਚੜ੍ਹ ਗਿਆ ਕੇਸਰੀ ਨਿਸ਼ਾਨ ਤੋਂ ਉਹਦੇ 'ਚ ਲੋੜਾ ਵੀ ਕੀ ਆ ਗਿਆ? ਕੇਸਰੀ ਨਿਸ਼ਾਨ ਸਾਨੂੰ ਬੜੀਆਂ ਸ਼ਹਾਦਤਾਂ ਦੇ ਕੇ ਮਿਲਿਆ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਆਪਣਾ ਪਰਿਵਾਰ ਵਾਰਤਾ ਹੋਏ ਇਸ ਨਿਸ਼ਾਨ ਦੀ ਖਾਤਰ, ਅਤੇ ਜੇ ਉੱਥੇ ਚਾੜ੍ਹ ਦਿੱਤਾ ਤਾਂ ਕੀ ਹਰਜ ਹੋ ਗਿਆ? ਜੇ ਉਹ ਅੱਜ ਨਿਸ਼ਾਨ ਸਾਹਿਬ ਨਾ ਹੁੰਦਾ, ਸ਼ਹਾਦਤਾਂ ਨਾ ਸਾਡੇ ਵੱਡ ਵਡੇਰਿਆਂ ਨੇ ਦਿੱਤੀਆਂ ਹੁੰਦੀਆਂ, ਅਤੇ ਅੱਜ ਇੱਥੇ ਹੁਣ ਨੂੰ ਮੋਦੀ ਭਾਤ ਨਹੀਂ ਹੋਣਾ, ਮੋਦੀ ਮੁਹੰਮਦ ਹੋਣਾ ਸੀ, ਅੰਮ੍ਰਿਤ ਤੋਮਰ ਮੁਹੰਮਦ ਹੋਣਾ ਸੀਗਾ, ਜਾਂ ਇੱਥੇ ਸਾਡੇ ਕੋਈ ਪਾਕਿਸਤਾਨ ਜਾਂ ਕੋਈ ਹੋਰ ਅਰਬ ਕੰਟਰੀ ਦਾ ਇੱਥੇ ਹੋਣਾ ਸੀ, ਇੱਥੇ ਕੋਈ ਸਿੱਖ ਨਹੀਂ ਸੀ ਹੋਣਾ, ਕੋਈ ਇੱਥੇ ਹਿੰਦੂ ਨਹੀਂ ਸੀ ਹੋਣਾ, ਇੱਥੇ ਮੁਸਲਿਮ ਭਾਈਚਾਰਾ ਹੋਣਾ ਸੀ, ਇਸ ਕਰਕੇ ਸਾਨੂੰ ਕੇਸਰੀ ਨਿਸ਼ਾਨ ਦਾ ਕੋਈ ਦੁੱਖ ਨੀਗਾ, ਚਾੜ ਦਿੱਤਾ ਤਾਂ ਕੋਈ ਗੱਲ ਨਹੀਂ, ਤਿਰੰਗਾ ਵੀ ਚੜ੍ਹਿਆ ਉਹਦਾ ਵੀ ਸਤਿਕਾਰ ਆ, ਸਾਡੇ ਕੇਸਰੀ ਦਾ ਵੀ ਉਨਾ ਸਤਿਕਾਰ ਆ, ਜਿਹੜੇ ਇਹਨਾਂ ਨੂੰ ਗੁੰਡਾ ਕਹਿੰਦੇ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ। ਹਾਂਜੀ, ਇਹਨਾਂ ਬਹੁਤ ਲੰਬੇ ਸਮੇਂ ਤੋਂ ਸੇਵਾ ਕੀਤੀ ਉੱਥੇ, ਲੱਖਾਂ ਸਧਾਣਾ ਤਾਂ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਆ, ਜੋ ਉਹਨੇ ਕਿਹਾ ਸਹੀ ਕਿਹਾ, ਅਤੇ ਅਸੀਂ ਤਾਂ ਲੱਖਾਂ ਸਧਾਣਾ ਨੂੰ ਬਹੁਤ ਗੁੱਡ ਕਹਿੰਦੇ ਹਾਂ। ਠੀਕ ਹੈ। ਇੱਕ ਹੁਣ ਮੋਦੀ ਸਰਕਾਰ ਵੱਲੋਂ ਉੱਥੇ ਮਤਲਬ ਕਿ ਰੋਡ ਬੰਦ ਕੀਤੇ ਜਾ ਰਹੇ ਆ ਜਾਂ ਸੂਏ ਲਗਾਏ ਜਾ ਰਹੇ ਆ, ਵੀ ਇਸ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਅੱਗੇ ਲੰਘ ਨਾ ਸਕਣ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਉਹ ਮੋਦੀ ਸਰਕਾਰ ਘਬਰਾਈ ਹੋਈ ਆ, ਮੋਦੀ ਸਰਕਾਰ ਦੇ ਹੁਣ ਪੱਲੇ ਹੀ ਕੁਛ ਨੀਗਾ, ਉਹਨਾਂ ਨੂੰ ਪਤਾ ਵੀ ਜਿਹੜੇ ਬੈਰੀਗੇਡ ਪੱਟਦੇ ਇਹਨਾਂ ਨੇ ਅਤੇ ਉਹ ਕਹਿ ਲਏ ਜਾ ਲਾਈ ਵੀ ਜਾਂਦੇ, ਹੁਣ ਆਪ ਹੀ ਪੱਟੀ ਜਾਂਦੇ ਆ। ਮੋਦੀ ਸਰਕਾਰ ਨੂੰ 3 ਕਾਨੂੰਨ ਵਾਪਸ ਲੈਣੇ ਪੈਣੇ ਆ, ਜਿੰਨਾ ਚਿਰ ਉਹ ਵਾਪਸ ਨਹੀਂ ਲੈਂਦਾ ਉਹ ਭਾਵੇਂ ਕਿੱਲ ਕੱਢ ਲਵੇ, ਭਾਵੇਂ ਕੰਧਾਂ ਕਰ ਲਵੇ, ਭਾਵੇਂ ਤਾਰਾਂ ਲਾ ਲਵੇ, ਉਹਦਾ ਕਿੱਲ ਕੱਢਣ ਦਾ ਮਸਲਾ ਨਹੀਂ ਹੱਲ ਹੋਣਾ, ਮਸਲਾ ਤਾਂ ਹੀ ਹੱਲ ਹੋਊਗਾ ਜੇ ਸਾਡੇ ਕਾਨੂੰਨ ਰੱਦ ਕਰੂਗਾ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਰਾਜ਼ੀ ਖੁਸ਼ੀ ਤੋਂ ਉਹਨਾਂ ਦਾ ਧੰਨਵਾਦ ਕਰਕੇ ਪਿੰਡ ਮੋੜੂਗਾ। ਜਿਵੇਂ ਹੁਣ 3-4 ਮਹੀਨੇ ਹੋ ਗਏ ਆ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦਿੱਲੀ ਵਿੱਚ ਬੈਠੇ ਆ, ਪਰ ਮੋਦੀ ਦੇ ਮਤਲਬ ਕਿ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ, ਕੀ ਲੱਗਦਾ ਇਹ ਸੰਘਰਸ਼ ਕਦੋਂ ਤੱਕ ਚੱਲੂਗਾ? ਇਹ ਸੰਘਰਸ਼ ਦੇਖੋ ਜੀ 2 ਸਾਲ ਵੀ ਚੱਲ ਸਕਦਾ, 4 ਸਾਲ ਵੀ ਚੱਲ ਸਕਦਾ, ਉੱਥੇ ਸੰਘਰਸ਼ ਕਿਸੇ ਗੱਲ ਦੀ ਕਮੀ ਨਹੀਂ ਗੀ। ਅਸੀਂ ਆ ਗਏ ਹਾਂ ਆਪਣੇ 30 ਤਰੀਕ ਨੂੰ, ਅਸੀਂ ਗੱਡੀਆਂ ਦੇ ਵਿੱਚ ਰਾਸ਼ਨ ਲੈ ਕੇ ਗਏ ਹਾਂ, ਲੋਕਾਂ ਨੇ ਇੰਨਾ ਉਤਸ਼ਾਹ ਵਾ, ਕਿਸੇ ਨੇ ਸਬਜ਼ੀ ਪਾਤੀ 5-7 ਬੋਰੀਆਂ ਗਾਜਰਾਂ ਦੀਆਂ ਕੋਲ ਹੀ ਕੰਬੋਜ ਸਾਡੇ ਪਿੰਡ ਆ, ਅਸੀਂ ਉਹਨਾਂ ਨੂੰ ਕਿਹਾ ਕਿ ਬੋਰੀ ਗਾਜਰਾਂ ਦੀ ਰੱਖ ਦਿਓ, ਉਹਨਾਂ ਨੇ 2-2 ਬੋਰੀਆਂ 7 ਬੋਰੀਆਂ ਗਾਜਰਾਂ ਦੀਆਂ, ਇੱਕ ਘਰ ਨੂੰ ਕਿਹਾ ਉਹਨੇ 4-5 ਕੁਇੰਟਲ ਗੋਭੀ ਸੁੱਟਤੀ, ਦਾਲਾਂ ਸੁੱਟਤੀਆਂ ਵਿੱਚ ਗੱਡੀ ਦੇ ਦੁੱਧ, ਕਿਸੇ ਗੱਲ ਦੀ ਕਮੀ ਨਹੀਂ, ਪੈਸੇ ਲੋਕ ਦੇਈ ਜਾਂਦੇ ਧੜਾ ਧੜ ਵੀ ਤੁਸੀਂ ਸੰਘਰਸ਼ 'ਤੇ ਜਾਓ, ਭਾਵੇਂ 5 ਸਾਲ ਸੰਘਰਸ਼ ਚੱਲੇ ਇਸੇ ਤਰ੍ਹਾਂ ਹੀ ਚੱਲੂਗਾ ਲਗਾਤਾਰ, ਕੋਈ ਲੰਗਰ ਦੀ ਕਮੀ ਨਹੀਂ ਆਊ, ਕੋਈ ਪਾਣੀ ਦੀ ਕਮੀ ਨਹੀਂ ਆਊ, ਸਾਡੇ ਪੇਟੀਆਂ ਪਾਣੀ ਦੀਆਂ ਪਿੰਡੋਂ ਗਈਆਂ, ਇੱਥੇ ਮੁੰਡਾ ਹੋਣਾ ਸਾਡੀ ਬੱਲੀ, ਇਹ ਵੀ ਪਾਣੀ ਦੀਆਂ ਪੇਟੀਆਂ 50 ਲੈ ਕੇ ਗਿਆ, ਹੋਰ ਘਰੋਂ ਸਾਡੇ 50 ਪੇਟੀਆਂ ਪਾਣੀ ਦੀਆਂ ਦਿੱਤੀਆਂ।
ਧਰਨੇ 'ਤੇ ਅਤੇ ਉਹਨਾਂ ਦਾ ਸਵੇਰੇ ਫੋਨ ਪੁੱਛਿਆ ਸੀ ਉਹਨਾਂ ਨੂੰ ਕਿੱਦਾਂ ਰਾਜੀ ਖੁਸ਼ੀ ਹੋ, ਕਹਿੰਦੇ ਰਾਜੀ ਖੁਸ਼ੀ ਹਾਂ, ਅਸੀਂ ਸਨਾਮ ਪੰਨੂ ਦੀ ਸਟੇਜ 'ਤੇ ਬੈਠੇ ਹਾਂ। ਇਸ ਕਰਕੇ ਬਹੁਤ ਉਤਸ਼ਾਹ ਵਾ, ਜਿੰਨਾ ਚਿਰ ਮਰਜ਼ੀ ਮੋਦੀ ਧਰਨਾ ਚਲਾਈ ਜਾਵੇ ਇੱਦਾਂ ਹੀ ਚੱਲੂਗਾ, ਵਧੂਗਾ ਘੱਟਦਾ ਨਹੀਂ। ਧੰਨਵਾਦ ਜੀ। ਨਾਲ ਹੀ ਸਾਡੇ ਇੱਥੇ ਨਾਲ ਮੌਜੂਦ ਨੇ ਸਾਡੀ ਭੈਣ ਸੁਖਜਿੰਦਰ ਕੌਰ ਜੀ, ਜੋ ਆਂਗਣਵਾੜੀ ਪ੍ਰਧਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭੈਣ ਜੀ, ਜਿਹੜਾ ਇਹ ਸੰਘਰਸ਼ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਵਾ, ਕਾਫੀ ਮਤਲਬ ਪੈਟਰੋਲ ਪੰਪ ਵੀ ਬੰਦ ਕੀਤੇ ਗਏ ਆ, ਰਿਲਾਇੰਸ ਦੇ ਹੋਰ ਵੀ ਜਿਹੜੇ ਜੀਓ ਸਿਮ ਵੀ ਬੰਦ ਕੀਤੇ ਗਏ, ਟਾਵਰ ਵੀ ਭੰਨੇ ਗਏ ਆ ਕਾਫੀ, ਤਾਂ ਤੁਹਾਡਾ ਪੂਰੇ ਸੰਘਰਸ਼ ਨੂੰ ਜੋ ਅੱਜ ਤੱਕ ਹੋਇਆ ਉਹਦੇ ਬਾਰੇ ਕੀ ਕਹਿਣਾ, ਕਿਸ ਨਜ਼ਰੀਏ ਨਾਲ ਦੇਖਦੇ ਹੋ? ਜੋ ਵੀ ਹੋ ਰਿਹਾ ਸਹੀ ਹੋ ਰਿਹਾ, ਪਰ ਉੱਥੇ ਜੋ ਮੋਦੀ ਸਰਕਾਰ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ। ਸਾਡੇ ਵੀਰਾਂ ਨਾਲ ਜੋ ਵੀ ਹੋ ਰਿਹਾ ਗਲਤ ਹੋ ਰਿਹਾ। ਅਸੀਂ ਵੀ ਕਿਸਾਨ ਵੀਰਾਂ ਦੀਆਂ ਹੀ ਭੈਣਾਂ ਅਤੇ ਮਾਵਾਂ ਹਾਂ। ਸਾਡੇ ਅਸੀਂ ਖੇਤੀ 'ਤੇ ਆਧਾਰਿਤ ਹਾਂ, ਸਾਡੀ ਯੂਨੀਅਨ ਸਭ ਤੋਂ ਵੱਡੀ ਹੈ। ਸਾਡੀ ਭੈਣ ਹਰਗੋਬਿੰਦ ਕੌਰ ਨੇ ਸਾਨੂੰ ਇਹ ਇੱਕ ਸੱਦੇ 'ਤੇ ਕਿਹਾ ਸੀ, ਦਿੱਲੀ ਵੀ ਜਾਂਦੇ ਹਾਂ, ਇੱਥੇ ਵੀ ਜਿੱਥੇ ਵੀ ਸਾਨੂੰ ਸੱਦਾ ਮਿਲਦਾ ਸੀ ਜਾਂਦਾ। ਜਿਵੇਂ ਮੈਂ ਅੱਜ ਵੀ ਦੇਖ ਰਿਹਾ ਸੀ, ਜਦੋਂ ਕਾਫੀ ਬੈਠੇ ਹੈਗੇ ਧਰਨਾ ਹੁਣ ਚੱਲ ਰਿਹਾ ਸੀਗਾ, ਅਤੇ ਨੌਜਵਾਨਾਂ ਦੀ ਗਿਣਤੀ ਬੜੀ ਘੱਟ ਸੀਗੀ, ਅਤੇ ਇੱਕ ਵੀਰ ਨੇ ਬੋਲਿਆ ਵੀ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ, ਬਜ਼ੁਰਗ ਇਹੀ ਦੇਖ ਰਹੇ ਸੀ ਬੈਠੇ ਇੱਥੇ ਵੀ ਸਾਰੇ, ਅਤੇ ਮੈਂ ਸਪੀਚ ਸੁਣ ਰਿਹਾ ਸੀ ਉਹਨਾਂ ਦੀ, ਅਤੇ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਅਸੀਂ ਚਾਹੁੰਦੇ ਹਾਂ ਵੀ ਨੌਜਵਾਨ ਸਭ ਤੋਂ ਅੱਗੇ ਆਉਣ, ਨੌਜਵਾਨਾਂ 'ਚ ਜੋਸ਼ ਹੁੰਦਾ ਹੈ, ਨੌਜਵਾਨ ਸਭ ਤੋਂ ਪਹਿਲਾਂ ਹੁਣ, ਬਜ਼ੁਰਗ ਕਰ ਰਹੇ ਜੋ ਆਪਣੀ ਉਹਨਾਂ ਲਈ ਕਰਨਾ ਚਾਹੁੰਦੇ ਆ, ਪਰ ਨੌਜਵਾਨ ਸਭ ਤੋਂ ਅੱਗੇ ਆਉਣ, ਨੌਜਵਾਨ ਸਭ ਬਹੁਤ ਕੁਝ ਕਰ ਸਕਦੇ। ਠੀਕ ਹੈ ਜੀ। ਜਿਵੇਂ ਮੈਂ ਪ੍ਰਧਾਨ ਜੀ ਨੂੰ ਵੀ ਪੁੱਛਿਆ ਵਾ, ਤਾਂ ਜਿੱਦਾਂ ਦੀਪ ਸਿੱਧੂ ਜਾਂ ਲੱਖਾ ਸਿਧਾਣਾ, ਉਹਨਾਂ ਬਾਰੇ ਤੁਹਾਡੀ ਕੀ ਰਾਏ, ਉਹ ਸਹੀ ਆ ਜਾਂ ਗਲਤ ਆ? ਨਹੀਂ ਸਹੀ ਆ, ਉਹਨਾਂ ਦੀ ਬਿਲਕੁਲ ਸਹੀ, ਨੌਜਵਾਨ ਦੇ ਤੌਰ 'ਤੇ ਉਹ ਬਿਲਕੁਲ ਸਹੀ ਹੈ। ਸਹੀ ਆ ਜੀ। ਜਿਹੜੇ ਮਤਲਬ ਸਟੇਜ 'ਤੇ ਆਗੂ ਆ, ਕਿਸਾਨੀ ਆਗੂ ਆ, ਉਹ ਉਹਨਾਂ ਨੂੰ ਗਦਾਰ ਦਾ ਸਰਟੀਫਿਕੇਟ ਦੇ ਰਹੇ ਆ ਜਾਂ ਉਹਨੂੰ ਕਹਿੰਦੇ ਅਰੈਸਟ ਕਰੋ, ਉਹਦੇ ਬਾਰੇ ਵੀ ਤੁਹਾਡਾ ਕੀ? ਕਰ ਲੈਂਦੇ ਹੋ ਜੋ ਕਰਦੇ ਕਰ ਲੈਂਦੇ ਹੋ, ਸਾਡੇ ਹੌਸਲੇ ਬੁਲੰਦ ਆ। 13 ਤਰੀਕ ਨੂੰ ਜਾ ਰਹੇ ਹਾਂ ਅਸੀਂ, ਆਪਣੀ ਯੂਨੀਅਨ ਦੇ ਪ੍ਰਧਾਨ ਤੌਰ 'ਤੇ ਜਾ ਰਹੇ ਹਾਂ, ਅਸੀਂ ਉੱਥੇ ਇੱਟਾਂ ਦੀਆਂ ਇੱਟਾਂ ਖੜਕਾਵਾਂਗੇ, ਸਰਹੰਦ ਬਣਾਵਾਂਗੇ ਉੱਥੇ। ਠੀਕ ਹੈ ਜੀ, ਧੰਨਵਾਦ ਜੀ। ਆਹ ਮੈਂ ਤੁਹਾਡੇ ਉਹੀ ਮੈਂ ਤੁਹਾਡੀ ਗੱਲ ਹੀ ਕਰਦਾ ਸੀ।